ਹਾਂਜੀ ਦੋਸਤੋ, ਅੱਜ ਗੱਲ ਕਰਦਾ ਜੀ ਪੀ ਟੀ ਪਲੱਸ ਈ ਬੋਰਡ ਨੇ ਫਾਇਰਮੈਨ ਦੇ ਰਿਜ਼ਲਟ ਰਿਲੇਟਿਵ ਇੱਕ ਹੋਰ ਅਪਡੇਟ ਦਿੱਤੀ ਆ। ਕੀ ਅਪਡੇਟ ਆ ਸਾਰੀ ਗੱਲ ਕਰਦੇ ਹਾਂ ਜੀ, ਚੈੱਕ ਕਰਦੇ ਹਾਂ। ਉਸ ਤੋਂ ਪਹਿਲਾਂ ਸੇਮ ਰਿਕੁਐਸਟ, ਵੀਡੀਓ ਨੂੰ ਲਾਈਕ ਸ਼ੇਅਰ। ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦਾ ਨੋਟੀਫਿਕੇਸ਼ਨ ਆਪਣੇ ਫੋਨ 'ਤੇ ਦੇਣੀ ਚਾਹੁੰਦੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਦੋਸਤੋ। ਚਲੋ ਚੈੱਕ ਕਰਦੇ ਹਾਂ ਜੀ ਬਈ, ਉਹਨਾਂ ਨੇ ਲਿਖਿਆ ਜੀ ਨੋਟਿਸ ਕੱਢਿਆ, ਐਡਵਰਟਾਈਜ 1 ਅਪ੍ਰੈਲ 2023 ਰਹੀ ਪ੍ਰਕਾਸ਼ਿਤ ਫਾਇਰਮੈਨ ਦੀਆਂ ਅਸਾਮੀਆਂ ਲਈ ਰਿਜ਼ਲਟ ਕਮ ਮੈਰਿਟ ਲਿਸਟ ਬੋਰਡ ਦੀ ਵੈਬਸਾਈਟ 'ਤੇ ਅਪਲੋਡ ਕੀਤਾ ਸੀ, ਜੋ ਕੁਝ ਤਕਨੀਕੀ ਕਾਰਨਾਂ ਕਰਕੇ ਵਾਪਸ ਲਿਆ ਜਾਂਦਾ ਹੈ। ਬਈ ਵਾਪਸ ਲੈ ਲਈ ਉਹਨਾਂ ਨੇ ਜੋ ਵੀ ਅਪਡੇਟ ਕੀਤੀ ਸੀ, ਠੀਕ ਹੈ। ਆਪਾਂ ਨੇ ਵੀ ਵੀਡੀਓ ਪਾਈ ਸੀ, ਉਸ ਰਿਜ਼ਲਟ ਨੂੰ ਵਾਪਸ ਲਿਆ ਜਾਂਦਾ ਹੈ ਅਤੇ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਕਿ ਫਾਇਰਮੈਨ ਦੀਆਂ ਅਸਾਮੀਆਂ ਦਾ ਰਿਜ਼ਲਟ ਸੰਬੰਧੀ ਸਮੇਂ ਸਮੇਂ 'ਤੇ ਬੋਰਡ ਦੀ ਵੈਬਸਾਈਟ ਚੈੱਕ ਕਰਦੇ ਰਹਿਣ। ਬਈ ਹੁਣ ਦੁਬਾਰੇ ਅਪਲੋਡ ਹੋਊਗਾ ਰਿਜ਼ਲਟ, ਠੀਕ ਹੈ। ਉਹ ਕਦੋਂ ਹੁੰਦਾ ਚੈੱਕ ਕਰਦੇ ਹਾਂ ਜੀ, ਠੀਕ ਹੈ ਜੀ, ਦੇਖਦੇ ਹਾਂ, ਠੀਕ ਹੈ। ਪਰ ਉਹ ਜੋ ਆਪਣਾ ਰਿਜ਼ਲਟ ਅਪਡੇਟ ਕੀਤਾ ਸੀ ਉਸ ਲਿਸਟ ਨੂੰ ਉਹ ਵਾਪਸ ਲਿਆ ਜਾਂਦਾ ਹੈ, ਠੀਕ ਹੈ, ਅਜੇ ਤਕਨੀਕੀ ਕਾਰਨਾਂ ਕਰਕੇ ਵਾਪਸ ਲਿਆ ਜਾਂਦਾ, ਠੀਕ ਹੈ ਜੀ। ਇਹ ਸੀ ਅਪਡੇਟ, ਲੇਟੈਸਟ ਅਪਡੇਟ ਪੀ ਟੀ ਪਲੱਸ ਬੋਰਡ ਦੀ। ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦੇਣਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ, ਇੱਦਾਂ ਕਿਸੇ ਵੀ ਗਵਰਨਮੈਂਟ ਜੋਬ ਦੀ ਨੋਟੀਫਿਕੇਸ਼ਨ ਵਾਸਤੇ। ਮਿਲਦੇ ਹਾਂ ਜੀ ਅਗਲੀ ਵੀਡੀਓ, ਤਦ ਤੱਕ ਧੰਨਵਾਦ ਜੀ।